ਗੱਲ ਕਰਾਂਗੇ ਆਮ ਆਦਮੀ ਪਾਰਟੀ ਦਾ ਮਿਸ਼ਨ ਸਾਲ 2024 ਖੰਨਾ ਦੇ ਵਿੱਚ ਸੀਐਮ ਕੇਜਰੀਵਾਲ ਅਤੇ ਭਗਵੰਤ ਮਾਨ ਅੱਜ ਮਹਾਰੈਲੀ ਕਰਨਗੇ ਜਨਸਭਾ ਨੂੰ ਸੰਬੋਧਨ ਵੀ ਕਰਨਗੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਅੱਜ ਘਰ ਘਰ ਮੁਫਤ ਰਾਸ਼ਨ ਸਕੀਮ ਦਾ ਆਗਾਜ਼ ਵੀ ਹੋਣਾ ਹੈ ਤਾਂ ਪਹਿਲੇ ਪੜਾਅ ਦੇ ਵਿੱਚ ਦੱਸ ਦਈਏ ਕਿ 24 ਲੱਖ ਤੋਂ ਵੱਧ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਇਸ ਦੀ ਸ਼ੁਰੂਆਤ ਜਿਹੜੀ ਸਕੀਮ ਦੀ ਕੀਤੀ ਗਈ ਸੀ ਤਾਂ ਖੰਨਾ ਦੇ ਵਿੱਚ ਆਗਾਜ਼ ਹੋਏਗਾ ਇਸ ਸਕੀਮ ਦਾ ਤਾਂ 24 ਲੱਖ ਤੋਂ ਵੱਧ ਪਰਿਵਾਰ ਜਿਹੜੇ ਨੇ ਲਾਭਪਾਤਰੀ ਜਿਹੜੇ ਨੇ ਉਸ ਸਕੀਮ ਦਾ ਲਾਹਾ ਲੈਣਗੇ ਤਾਂ ਜਨ ਸਭਾ ਨੂੰ ਅੱਜ ਸੰਬੋਧਨ ਵੀ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਤਾਂ ਥੋੜ੍ਹੀ ਹੀ ਦੇਰ ਦੇ ਵਿੱਚ ਜਿਹੜਾ ਆਗਾਜ਼ ਇਸ ਸਕੀਮ ਦਾ ਹੋ ਜਾਏਗਾ ਘਰ ਘਰ ਮੁਫਤ ਰਾਸ਼ਨ ਦੀ ਸਕੀਮ ਹੈ ਜੋ ਪੰਜਾਬ ਸਰਕਾਰ ਦੇ ਵੱਲੋਂ ਸ਼ੁਰੂ ਕੀਤੀ ਗਈ ਸੀ ਕਿ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾਏਗਾ ਇਸ ਸਕੀਮ ਦੇ ਤਹਿਤ ਤਾਂ 24 ਲੱਖ ਤੋਂ ਵੱਧ ਜਿਹੜੇ ਪਰਿਵਾਰ ਨੇ ਲਾਭਪਾਤਰੀ ਨੇ ਉਹਨਾਂ ਨੂੰ ਇਸ ਸਕੀਮ ਦਾ ਲਾਭ ਮਿਲੇਗਾ ਇੱਕ ਵਾਰ ਮੁੜ ਤੋਂ ਦੱਸਦੇ ਕਿ ਆਪਦੇ ਮਿਸ਼ਨ 2024 ਦੇ ਤਹਿਤ ਖੰਨਾ ਦੇ ਵਿੱਚ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਮਹਾਰੈਲੀ ਕੀਤੀ ਜਾਣੀ ਹੈ ਜਨ ਸਭਾ ਨੂੰ ਸੰਬੋਧਨ ਕੀਤਾ ਜਾਏਗਾ ਅੱਜ ਤਾਂ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਨਾਲ ਕਈ ਜਿਹੜੇ ਹੋਰ ਕੈਬਨਿਟ ਮੰਤਰੀ ਨੇ ਉਹ ਸ਼ਾਮਿਲ ਰਹਿਣਗੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਜੋਸ਼ੀ ਸਾਡੇ ਨਾਲ ਖੰਨਾ ਤੋਂ ਲਾਈਵ ਜੁੜ ਚੁੱਕੇ ਨੇ ਮਨੋਜ ਕੀ ਕੁਝ ਅਪਡੇਟ ਔਰ ਕਿੰਨੇ ਵਜੇ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਣੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਜਿਹੜੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਗੇ ਬਿਲਕੁਲ ਦੇਖੋ ਅਸੀਂ ਖੰਨਾ ਪਹੁੰਚੇ ਹਾਂ ਅੱਜ ਇੱਥੋਂ ਜਿਹੜੀ ਹੈਗੀ ਹੈ ਘਰ ਘਰ ਮੁਫਤ ਰਾਸ਼ਨ ਜਿਹੜੀ ਸਕੀਮ ਹੈਗੀ ਹੈ ਉਹ ਸ਼ੁਰੂ ਕੀਤੀ ਜਾਣੀ ਹੈ ਤਕਰੀਬਨ 24,59,000 ਲਾਭਪਾਤਰੀਆਂ ਨੂੰ ਫਾਇਦਾ ਮਿਲਣਾ 6,36,000 ਜਿਹੜੇ ਰਾਸ਼ਨ ਕਾਰਡ ਹੈ ਇਹਦੇ ਅੰਡਰ ਲੱਤੇ ਗਏ ਨੇ ਤੁਹਾਨੂੰ ਦਿਖਾਵਾਂਗੇ ਮੰਚ ਬਿਲਕੁਲ ਸੱਜ ਚੁੱਕਿਆ ਸੁਚੱਜਾ ਸ਼ਾਸਨ ਮੁਫਤ ਰਾਸ਼ਨ ਜਿਹੜਾ ਨਾਰਾ ਹੈਗਾ ਉਹ ਦਿੱਤਾ ਗਿਆ ਹੈਗਾ ਜਿਹੜਾ ਮੰਚ ਬਣਿਆ ਉੱਪਰ ਲਿਖਿਆ ਗਿਆ ਸੁਚੱਜਾ ਸ਼ਾਸਨ ਮੁਫਤ ਰਾਸ਼ਨ ਘਰ ਘਰ ਮੁਫਤ ਰਾਸ਼ਨ ਦੀ ਸੇਵਾ ਜਿਹੜੀ ਦਿੱਤੀ ਜਾਣੀ ਹੈਗੀ ਹੈ ਅਤੇ ਜਿਹੜੇ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਆ ਉਹ ਪਹੁੰਚ ਰਹੇ ਨੇ ਨਾਲ ਭਗਵੰਤ ਮਾਨ ਹੋਣਗੇ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਸੰਦੀਪ ਸਿੰਘ ਨੇ ਅਤੇ ਰਾਘਵ ਚੱਡਾ ਹੋਣਗੇ ਅਤੇ ਜਿਹੜੇ ਹੋਰ ਪੂਰੀ ਜਿਹੜੀ ਆਮ ਆਦਮੀ ਪਾਰਟੀ ਲੀਡਰਸ਼ਿਪ ਆ ਉਹ ਇੱਥੇ ਪਹੁੰਚੇਗੀ ਮੰਚ ਦੇਖੋ ਤੁਸੀਂ ਸਜਿਆ ਹੋਇਆ ਅਤੇ ਤਕਰੀਬਨ 2 ਵਜੇ ਦੇ ਆਸ ਪਾਸ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੇ ਆਉਣ ਦਾ ਪ੍ਰੋਗਰਾਮ ਦੱਸਿਆ ਜਾ ਰਿਹਾ ਹੈ ਕਿਉਂਕਿ ਲੋਕ ਵੀ ਹਲੇ ਜਿਹੜੇ ਆਉਣਾ ਸ਼ੁਰੂ ਹੋ ਗਏ ਨੇ ਪਰ ਇਸ ਤੋਂ ਬੜੀ ਸਭ ਤੋਂ ਬੜੀ ਗੱਲ ਇਹ ਹੈ ਕਿ ਜਿਹੜੇ ਇਹ ਰਾਸ਼ਨ ਮੁਫਤ ਦਿੱਤਾ ਜਾ ਰਿਹਾ ਹੈ ਇਹਦੇ ਵਿੱਚ ਪਹਿਲੇ ਗੇੜ ਦੇ ਵਿੱਚ 6,36,000 ਦੇ ਆਸ ਪਾਸ ਰਾਸ਼ਨ ਕਾਰਡ ਜਿਹੜੇ ਨੇ ਸ਼ਾਮਿਲ ਕੀਤੇ ਗਏ ਨੇ ਜਿਨ੍ਹਾਂ ਤਹਿਤ 24.49 ਲੱਖ ਤਕਰੀਬਨ 25 ਲੱਖ ਲੋਕਾਂ ਨੂੰ ਜਿਹੜਾ ਫਾਇਦਾ ਮਿਲਣਾ ਹੈਗਾ ਹਰ ਮਹੀਨੇ ਰਾਸ਼ਨ ਮਿਲਿਆ ਕਰੇਗਾ ਘਰ ਜਾ ਕੇ ਰਾਸ਼ਨ ਮਿਲਿਆ ਕਰੇਗਾ ਤੁਸੀਂ ਤੁਹਾਡੀ ਚੁਆਇਸ ਹੈ ਤੁਸੀਂ ਕਣਕ ਲੈਣੀ ਹੈ ਜਾਂ ਆਟਾ ਲੈਣਾ ਹੈ 5 ਕਿਲੋ ਔਰ 10 ਕਿਲੋ ਦੋ ਪੈਕ ਤੁਹਾਨੂੰ ਮਿਲਣਗੇ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਆਉਂਦੀ ਤੁਸੀਂ 1100 ਨੰਬਰ ਜਿਹੜਾ ਦਿੱਤਾ ਗਿਆ ਉਹਦੀ ਪਰ ਤੁਸੀਂ ਜਿਹੜਾ ਹੈਗਾ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਾਂ ਮਕਸਦ ਇੱਕ ਹੀ ਸੀਗਾ ਕਿ ਲੋਕਾਂ ਨੂੰ ਪਹਿਲਾਂ ਰਾਸ਼ਨ ਮਿਲਦਾ ਸੀਗਾ ਪਹਿਲੀਆਂ ਸਰਕਾਰਾਂ ਮਿਲਦੀਆਂ ਸੀਗੀਆਂ ਪਰ ਉਹਨਾਂ ਨੂੰ ਲਾਈਨਾਂ 'ਚ ਲੱਗ ਕੇ ਮਿਲਦਾ ਸੀਗਾ ਕਈ ਵਾਰ ਨਹੀਂ ਮਿਲਦਾ ਸੀਗਾ ਵਾਰ ਵਾਰ ਚੱਕਰ ਲਗਾਉਣੇ ਪੈਂਦੇ ਸੀਗੇ ਦੁਕਾਨਾਂ ਬੰਦ ਹੁੰਦੀਆਂ ਸੀਗੀਆਂ ਅਤੇ ਇਸ ਨੂੰ ਖਤਮ ਕਰਨ ਵਾਸਤੇ ਹੁਣ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਤੁਹਾਡੇ ਜਿਹੜੇ ਰਾਸ਼ਨ ਕਾਰਡ ਧਾਰਕ ਨੇ ਉਹਨਾਂ ਦੇ ਨੰਬਰ ਜਿਹੜੇ ਨੇ ਫੋਨ ਨੰਬਰ ਨੇ ਉਹਨਾਂ ਪਰ SMS ਆਏਗਾ SMS ਨਾਲ ਦੱਸਿਆ ਜਾਏਗਾ ਕਿ ਕਿਸ ਦਿਨ ਤੁਹਾਡੇ ਪਿੰਡ ਦੇ ਵਿੱਚ ਰਾਸ਼ਨ ਵਾਲੀ ਗੱਡੀ ਆ ਰਹੀ ਹੈ ਅਤੇ ਉਸ ਦਿਨ ਸਾਰਿਆਂ ਨੂੰ ਘਰ ਜਾ ਕੇ ਰਾਸ਼ਨ ਉਹ ਵੰਡ ਦਿੱਤਾ ਜਾਵੇਗਾ ਇਹ ਵੱਡੀ ਸ਼ੁਰੂਆਤ ਹੈ ਇਹੀ ਕਿਹਾ ਜਾਂਦਾ ਕਿ ਜੋ ਲੁਧਿਆਣਾ ਦਾ ਏਰੀਆ ਹੈਗਾ ਇੱਥੋਂ ਸ਼ੁਰੂ ਕੀਤੀ ਜਾ ਰਹੀ ਹੈ ਜਿੱਥੇ ਅੱਜ ਰੈਲੀ ਹੋਣ ਜਾ ਰਹੀ ਹੈ ਉਹ ਜਿਹੜੇ ਸਵਰਗੀ ਮੁੱਖ ਮੰਤਰੀ ਪੰਜਾਬ ਦੇ ਸੀਗੇ ਸਰਦਾਰ ਬੇਅੰਤ ਸਿੰਘ ਉਹਨਾਂ ਦਾ ਏਰੀਆ ਮੰਨਿਆ ਜਾਂਦਾ ਗੜ ਮੰਨਿਆ ਜਾਂਦਾ ਸੀਗਾ ਇਸ ਏਰੀਆ ਵਿੱਚ ਇਹ ਜਿਹੜੀ ਰੈਲੀ ਅੱਜ ਕੀਤੀ ਜਾ ਰਹੀ ਹੈ ਅਤੇ ਕਾਫੀ ਵੱਡਾ ਏਰੀਆ ਹੈਗਾ ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਮੰਡੀ ਹੈਗੀ ਹੈ ਖੰਨਾ ਦੀ ਜੀ
ਅਨਾਜ ਮੰਡੀ ਸਭ ਦੀ ਏਸ਼ੀਆ ਦੀ ਸਭ ਤੋਂ ਵੱਡੀ ਖੰਨਾ ਮੰਡੀ ਮੰਡੀ ਮੰਨੀ ਜਾਂਦੀ ਹੈ। ਉੱਥੇ ਪ੍ਰੋਗਰਾਮ ਤੁਸੀਂ ਦੇਖੋਗੇ, ਮੈਂ ਪੰਡਾਲ ਜਿਹੜਾ ਹੈਗਾ, ਪੰਡਾਲ 'ਚ ਲੋਕਾਂ ਦਾ ਆਉਣਾ ਸ਼ੁਰੂ ਹੋ ਚੁੱਕਿਆ ਹੈਗਾ, ਲੋਕ ਪਹੁੰਚ ਰਹੇ ਨੇ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਫੋਟੋਆਂ ਲੱਗੀਆਂ ਨੇ ਅਤੇ ਲਿਖਿਆ ਗਿਆ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਘਰ ਘਰ ਮੁਫਤ ਰਾਸ਼ਨ ਦੀ ਸ਼ੁਰੂਆਤ। ਪਹਿਲੇ ਗੇੜ 'ਚ 24.9 ਲੱਖ ਲਾਭਪਾਤਰੀਆਂ ਨੂੰ ਹਰ ਮਹੀਨੇ ਤਾਜ਼ਾ ਰਾਸ਼ਨ ਦਿੱਤਾ ਜਾਵੇਗਾ। ਸੁਚੱਜਾ ਸ਼ਾਸਨ, ਮੁਫਤ ਰਾਸ਼ਨ ਇੱਕ ਨਵਾਂ ਨਾਰਾ ਜਿਹੜਾ ਹੈਗਾ ਇਹ ਆਇਆ। ਇੱਥੇ ਕੇਜਰੀਵਾਲ ਸਾਹਿਬ ਦੀ ਜਿਹੜੀ ਫੋਟੋ ਲੱਗੀ ਹੈ ਉਹ ਵੀ ਤੁਹਾਨੂੰ ਦਿਖਾਈ ਦਿੰਦੀ ਹੈ ਪੰਡਾਲ ਦੇ ਵਿੱਚ। ਲੋਕ ਹੌਲੀ ਹੌਲੀ ਜਿਹੜੇ ਨੇ ਉਹ ਪਹੁੰਚ ਰਹੇ ਨੇ, ਪਰ ਪੰਡਾਲ ਜਿਹੜਾ ਭਰੇਗਾ 2 ਵਜੇ ਦੇ ਆਸ ਪਾਸ। ਰਵਨੀਤ, ਕੇਜਰੀਵਾਲ ਸਾਹਿਬ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਆਉਣ ਦਾ ਇੱਥੇ ਅਨੁਮਾਨ ਲੱਗਾ, ਪਰ ਸੰਦੀਪ ਜਿਹੜੇ ਨੇ ਪਾਠਕ ਨੇ ਉਹ ਪਹਿਲਾਂ ਹੀ ਮੰਚ 'ਤੇ ਪਹੁੰਚਣਗੇ। DC ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ ਅਤੇ SSP ਜਿਹੜੇ ਨੇ ਉਹ ਵੀ ਪਹੁੰਚੇ ਹੋਏ ਨੇ, IG ਜਿਹੜੇ ਨੇ, DGP ਨੇ, ਸਭ ਇੱਥੇ ਪਹੁੰਚੇ ਹੋਏ ਨੇ, ਸਾਰੇ ਜਿਹੜੇ ਨੇ ਪ੍ਰਬੰਧਾਂ ਦਾ ਜਿਹੜਾ ਜਾਇਜ਼ਾ ਲੈ ਰਹੇ ਹਨ। ਦੇਖੋ ਕੁਰਸੀਆਂ ਤੁਹਾਨੂੰ ਦੇਖਦੀਆਂ ਹਰੇ ਖਾਲੀ ਹੋ ਰਹੀਆਂ, ਪਰ ਵਰਕਰ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉਹ ਇੱਥੇ ਪਹੁੰਚਣਾ ਜਿਹੜੇ ਨੇ ਸ਼ੁਰੂ ਹੋ ਗਏ ਨੇ। ਅਤੇ ਸਭ ਦਾ ਮਤਲਬ ਕਿ ਮਕਸਦ ਇੱਕ ਹੀ ਸੀਗਾ ਕਿ ਸੁਚੱਜਾ ਸ਼ਾਸਨ ਅਤੇ ਮੁਫਤ ਰਾਸ਼ਨ ਜਿਹੜਾ ਹੈਗਾ ਉਹਦੀ ਗੱਲ ਕੀਤੀ। ਜਿਹੜੇ ਨਵਾਂ ਨਾਰਾ ਨਿਕਲ ਕੇ ਆਇਆ ਘਰ ਘਰ ਰਾਸ਼ਨ ਜਿਹੜੀ ਹੈਗੀ ਹੈ ਉਹ ਦੇਣ ਦੀ ਇਹ ਗੱਲ ਜਿਹੜੀ ਕੀਤੀ ਜਾ ਰਹੀ ਹੈਗੀ ਹੈ, ਅਤੇ ਇਹਦੇ ਨਾਲ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਦੇਖੋ ਫਾਇਦਾ ਹੋਣ ਵਾਲਾ ਹੈਗਾ ਆ। ਧੱਕਾ ਜਿਹੜਾ ਸੀਗਾ ਆਪਾਂ ਕਹਿੰਦੇ ਹਾਂ, ਕਈ ਵਾਰ ਨੂੰ ਲੱਗਿਆ ਦੁਕਾਨ 'ਤੇ ਗਏ ਨਹੀਂ ਰਾਸ਼ਨ ਮਿਲਿਆ, ਦੁਕਾਨਦਾਰ ਦੀ ਆਪਣੀ ਮਨਮਰਜ਼ੀ ਹੁੰਦੀ ਸੀਗੀ, ਪਰ ਇੱਥੇ ਹੁਣ ਉਹ ਮਨਮਰਜ਼ੀ ਨਹੀਂ ਚੱਲੇਗੀ ਜਦੋਂ ਤੁਹਾਡੇ ਘਰ ਦੇ ਵਿੱਚ ਰਾਸ਼ਨ ਦੇਣ ਵਾਸਤੇ ਲੋਕ ਤੁਹਾਨੂੰ ਦਿਖਾਈ ਦਿੰਦੇ। ਮੰਚ ਦੇਖੋ ਪੂਰੀ ਤਰ੍ਹਾਂ ਨਾਲ ਤੁਹਾਨੂੰ ਸਜਿਆ ਹੋਇਆ ਦਿਖਾਈ ਦੇ ਰਿਹਾ ਹੈਗਾ ਆ, ਅਤੇ ਸਭ ਵੱਡੇ ਵੱਡੇ ਅੱਖਰਾਂ ਲਿਖਿਆ ਹੈਗਾ ਸੁਚੱਜਾ ਸ਼ਾਸਨ ਮੁਫਤ ਰਾਸ਼ਨ, ਘਰ ਘਰ ਮੁਫਤ ਰਾਸ਼ਨ ਦੀ ਸ਼ੁਰੂਆਤ ਅੱਜ ਤੋਂ ਜਿਹੜੀ ਪੰਜਾਬ ਤੋਂ ਜਿਹੜੀ ਪਹਿਲੇ ਗੇੜ ਦਾ ਜਿਹੜਾ ਆਪਾਂ ਕਹੀਏ ਇਹ ਸ਼ੁਰੂਆਤ ਹੋ ਜਾਂਦੀ ਹੈ। ਦੇਖੋ ਲੋਕ ਸਭਾ ਇਲੈਕਸ਼ਨ ਦਾ ਦੌਰ ਵੀ ਆ, ਅੱਜ ਇੱਥੇ ਖੰਨੇ ਜਿੱਥੇ ਆਪਾਂ ਖੜੇ ਹਾਂ ਇੱਥੇ ਮੁੱਖ ਅਰਵਿੰਦ ਕੇਜਰੀਵਾਲ ਜੀ ਆਮ ਆਦਮੀ ਪਾਰਟੀ ਜਿਹੜੇ ਲੀਡਰ ਨੇ, ਰਾਸ਼ਟਰੀ ਲੀਡਰ ਨੇ, ਉਹ ਪਹੁੰਚ ਰਹੇ ਨੇ ਕੱਲ੍ਹ ਨੂੰ ਇਸ ਜਗ੍ਹਾ ਤੋਂ ਤਕਰੀਬਨ 12 ਕਿਲੋਮੀਟਰ ਦੂਰ ਸਮਰਾਲਾ, ਜਿੱਥੇ ਕਿ ਮਲਕਾ ਖੜਗੇ ਜੀ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਉਹ ਪਹੁੰਚ ਰਹੇ ਨੇ ਉਹ ਰੈਲੀ ਕਰਨ ਵਾਸਤੇ ਕੱਲ੍ਹ ਨੂੰ ਪਹੁੰਚਣਗੇ। ਅਤੇ ਦੇਖੋਗੇ ਮਤਲਬ ਕਿ ਰਾਜਨੀਤੀ ਆਪਾਂ ਕਹੀਏ ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜੀ ਰੈਲੀਆਂ ਦਾ ਦੌਰ ਹੈਗਾ ਉਹ ਤਕਰੀਬਨ ਉਹ ਸ਼ੁਰੂ ਹੋ ਗਿਆ, ਮਤਲਬ ਕਿ ਲਗਾਈ ਆਪਾਂ ਸ਼ੁਰੂ ਹੋ ਚੁੱਕਿਆ ਹੈਗਾ, ਅਤੇ ਮਲਕਾ ਖੜਗੇ ਦਾ ਆਉਣਾ ਵੀ ਇਸੇ ਦੇ ਵਿੱਚ ਕਈ ਮਾਇਨੇ ਜਿਹੜਾ ਹੈਗਾ ਉਹ ਰੱਖਦਾ ਹੈਗਾ। ਜੀ ਰਵਨੀਤ, ਠੀਕ ਹੈ ਮਨੋਜ, ਅੱਜ ਹਰੀ ਚੰਡੀ ਜਿਹੜੀ ਹੈ ਵਾਹਨਾਂ ਨੂੰ ਦੇ ਕੇ ਰਵਾਨਾ ਕੀਤਾ ਜਾਏਗਾ, ਕਿੰਨੇ ਕੁ ਵਾਹਨ ਨੇ ਜੋ ਲੋਕਾਂ ਦੇ ਘਰ ਘਰ ਜਾ ਕੇ ਜਿਹੜੇ ਰਾਸ਼ਨ ਲੋਕਾਂ ਨੂੰ ਦੇਣਗੇ? ਦੇਖੋ ਸਭ ਤੋਂ ਬੜੀ ਗੱਲ ਹੈ ਕਿ ਵਾਹਨ ਤਾਂ ਪਿੰਡਾਂ ਜਾ ਕੇ ਰਾਸ਼ਨ ਦੇਣਗੇ ਦੇਣਗੇ, ਪਰ ਅੱਜ ਜਿਹੜਾ ਹੈਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਅਰਵਿੰਦ ਕੇਜਰੀਵਾਲ ਖੁਦ ਜਾਣਗੇ ਜਿਹੜਾ ਕਿ ਫਤਿਹਗੜ੍ਹ ਸਾਹਿਬ ਦਾ ਏਰੀਆ ਹੈਗਾ, ਫਤਿਹਗੜ੍ਹ ਸਾਹਿਬ ਲੋਕ ਸਭਾ ਖੇਤਰ ਦਾ ਏਰੀਆ ਹੈਗਾ, ਅਮਲੋਹ ਏਰੀਆ, ਉੱਥੇ ਜਾ ਕੇ ਖੁਦ ਉਹ 10 ਤੋਂ 15 ਘਰਾਂ ਦੇ ਵਿੱਚ ਜਾਣਗੇ, ਖੁਦ ਜਾ ਕੇ ਰਾਸ਼ਨ ਦੀ ਜਿਹੜੀ ਹੈ ਵੰਡ ਕਰਨਗੇ। ਅਤੇ ਇਹਦੇ ਵਿੱਚ ਇੱਕ ਗੱਲ ਦੱਸੀ, ਜਿਹੜੇ ਵਾਹਨ ਵੀ ਨੇ, ਗੱਡੀਆਂ ਵੀ ਨੇ, ਉੱਥੇ ਜਿਹੜੇ ਨੌਜਵਾਨ ਨੇ ਸਾਡੇ ਯੁਵਾ ਨੇ ਉਹਨਾਂ ਨੂੰ ਵੀ ਨੌਕਰੀਆਂ ਮਿਲ ਰਹੀਆਂ ਨੇ, ਚਾਹੇ ਉਹ ਡਰਾਈਵਰ ਦੀ ਨੌਕਰੀ ਹੋਵੇ, ਚਾਹੇ ਉਹ ਡਿਸਟ੍ਰੀਬਿਊਟਰ ਦੀ ਨੌਕਰੀ ਹੋਵੇ, ਕਿਉਂਕਿ ਜਿਹੜੀ ਵੰਡ ਪ੍ਰਣਾਲੀ ਹੈਗੀ ਹੈ ਪਬਲਿਕ ਸਪਲਾਈ ਸਿਸਟਮ ਜਿਹੜਾ ਹੈਗਾ ਇਹਦੇ ਵਿੱਚ, ਜਿਹੜੇ ਜਦੋਂ ਕਿਸੇ ਜਗ੍ਹਾ ਦੇ ਉੱਪਰ ਸਮਾਨ ਦੇਣਾ ਤਾਂ ਹਰ ਜਗ੍ਹਾ ਦੇ ਉੱਪਰ ਜਿਹੜੇ ਨੇ ਮੈਨ ਪਾਵਰ ਦੀ ਜ਼ਰੂਰਤ ਹੁੰਦੀ ਹੈ, ਉਸੇ 'ਤੇ ਚੱਲਦੇ ਹੋਏ ਜੋ ਮੈਨ ਪਾਵਰ ਹੈਗਾ ਉਹਦੇ ਵਿੱਚ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਨੂੰ ਨੌਕਰੀ ਵੀ ਮਿਲਣੀ ਹੈਗੀ ਹੈ। ਦੇਖੋ ਰਵਨੀਤ, ਇਸ ਰਾਸ਼ਨ ਘਰ ਘਰ ਰਾਸ਼ਨ ਦੀ ਗੱਲ ਜੇ ਆਪਾਂ ਕਰਦੇ ਹਾਂ ਤਾਂ ਇਸ ਤੋਂ ਇੱਕ ਸਭ ਤੋਂ ਬੜੀ ਗੱਲ ਜਿਹੜਾ ਫਾਇਦਾ ਇਹ ਹੈਗਾ, ਜਿਹੜੇ ਲੋਕ ਜਿਹੜੇ ਜ਼ਰੂਰਤਮੰਦ ਨੇ ਜਿਹਨੂੰ ਰਾਸ਼ਨ ਚਾਹੀਦਾ, ਆਟਾ ਚਾਹੀਦਾ, ਦਾਲ ਚਾਹੀਦੀ ਹੈ, ਉਹਨਾਂ ਦੇ ਘਰ ਦੇ ਵਿੱਚ ਰਾਸ਼ਨ ਮਿਲ ਜਾਵੇ ਤਾਂ ਇਹ ਸਭ ਤੋਂ ਵੱਡੀ ਗੱਲ ਹੈਗੀ ਹੈ। ਲਾਈਨਾਂ 'ਚ ਨਾ ਲੱਗਣਾ ਪਵੇ, ਕਈ ਵਾਰੀ ਚੋਰ ਬਜ਼ਾਰੀ ਹੁੰਦੀ ਸੀਗੀ, ਕਿਸੇ ਦਾ ਕੋਈ ਨਹੀਂ ਲੈਣ ਗਿਆ ਤਾਂ ਉਹਦਾ ਰਾਸ਼ਨ ਖਾ ਲਿੱਤਾ ਜਾਂਦਾ ਸੀਗਾ, ਹੁਣ ਇਹ ਵੀ ਜਿਹੜੀ ਹੈਗੀ ਹੈ ਇਹਨੂੰ ਚੋਰ ਬਜ਼ਾਰ ਨੂੰ ਵੀ ਬੰਦ ਕੀਤਾ ਗਿਆ ਹੈਗਾ ਕਿ ਜਦੋਂ ਘਰ 'ਚ ਜਾ ਕੇ ਆਪ ਤੁਹਾਡੇ ਘਰ ਦੇ ਵਿੱਚ ਰੱਖ ਦੇਣਾ, ਤੁਸੀਂ ਘਰ ਵਿੱਚ ਹੈ ਨਹੀਂ, ਆਂਢੀ ਗੁਆਂਢ ਨੂੰ ਫੜਾ ਲੈਣਾ, ਇਸ ਤਰ੍ਹਾਂ ਦਾ ਸਿਸਟਮ ਹੈਗਾ ਉਹ ਜਿਹੜਾ ਤਿਆਰ ਕੀਤਾ ਜਾ ਰਿਹਾ ਤਾਂ ਕਿ ਕਿਸੇ ਨੂੰ ਵੀ ਜਦੋਂ ਪਿੰਡ ਦੇ ਵਿੱਚ ਕੋਈ ਜਾਵੇਗੀ ਸਪਲਾਈ ਕਰਨ ਵਾਸਤੇ ਤਾਂ SMS ਤੁਹਾਡੇ ਪੂਰੇ ਪਿੰਡ ਨੂੰ ਆਵੇਗਾ ਤਾਂ ਤੁਸੀਂ ਉੱਥੇ ਜਾ ਕੇ ਆਪਣਾ ਸਮਾਨ ਲੈ ਸਕਦੇ ਹਾਂ। ਔਰ ਸਭ ਤੋਂ ਬੜੀ ਗੱਲ ਹੈ ਸ਼ਿਕਾਇਤ, ਪਹਿਲਾਂ ਸ਼ਿਕਾਇਤ ਕਰਨ ਵਾਸਤੇ ਕੋਈ ਵੀ ਨੰਬਰ ਨਹੀਂ ਸੀਗਾ, ਕੋਈ ਸੁਣਾਈ ਨਹੀਂ ਹੁੰਦੀ ਸੀਗੀ ਕਿਸੇ ਨੂੰ ਮਿਲ ਗਿਆ ਨਹੀਂ ਮਿਲਿਆ, ਇਹ ਵੀ ਗੱਲਾਂ ਆਉਂਦੀਆਂ ਸੀਗੀਆਂ ਅਤੇ ਸਭ ਕੁਝ ਮਿਲਿਆ ਹੋਇਆ ਸੀਗਾ, ਆਪਾਂ ਕਹੀਏ ਵੀ ਜਿਹੜਾ ਹੈਗਾ ਚੋਰ ਬਜ਼ਾਰੀ 'ਚ ਬਹੁਤ ਜ਼ਿਆਦਾ ਸੀਗੀ ਇਸ ਵੰਡ ਪ੍ਰਣਾਲੀ ਦੇ ਵਿੱਚ, ਪਰ ਹੁਣ 1100 ਨੰਬਰ ਜਿਹੜਾ ਦਿੱਤਾ ਗਿਆ ਕਿ ਤੁਸੀਂ ਅਗਰ ਕੋਈ ਤੁਹਾਡੇ ਨਾਲ ਤੁਹਾਨੂੰ ਕੋਈ ਮੁਸ਼ਕਿਲ ਹੈ, ਪਰੇਸ਼ਾਨੀ ਆ, ਅਗਰ ਕੋਈ ਤੁਹਾਨੂੰ ਸਮਾਨ ਨਹੀਂ ਦੇ ਰਿਹਾ ਤੁਸੀਂ 1100 ਨੰਬਰ 'ਤੇ ਕਾਲ ਵੀ ਕਰ ਸਕਦੇ ਹੈਗੇ ਹੋ। ਜੀ ਜੀ ਰਵਨੀਤ,
ਠੀਕ ਹੈ ਮਨੂ, ਜੇ ਦੇਖਿਆ ਜਾਵੇ ਤੇ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਜਦੋਂ ਰਾਸ਼ਨ ਵੰਡਿਆ ਜਾਂਦਾ ਸੀ ਤਾਂ ਅਕਸਰ ਅਸੀਂ ਸੁਣਦੇ ਸੀ ਕਿ ਜਿਹੜੇ ਲਾਭਪਾਤਰੀ ਨੇ ਉਹ ਇਸ ਸਕੀਮ ਤੋਂ ਵਾਂਝੇ ਰਹਿ ਜਾਂਦੇ ਸੀ, ਔਰ ਜੋ ਵੱਡੇ ਘਰਾਣੇ ਦੇ ਲੋਕ ਨੇ ਉਹਨਾਂ ਦੇ ਵੱਲੋਂ ਆਪਣੇ ਕਾਰਡ ਬਣਾਏ ਜਾਂਦੇ ਸੀ ਔਰ ਜੋ ਲੋੜਵੰਦਾਂ ਦਾ ਰਾਸ਼ਨ ਉਹ ਲੈ ਕੇ ਚਲੇ ਜਾਂਦੇ ਸੀ, ਤਾਂ ਕਿਤੇ ਨਾ ਕਿਤੇ ਜਿਹੜਾ ਸਰਕਾਰ ਦੇ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜ਼ਰੂਰ ਕੀਤਾ ਜਾ ਰਿਹਾ ਕਿ ਹੁਣ ਉਹ ਜਿਹੜੇ ਅਸਲ ਲੋੜਵੰਦ ਹੋਣਗੇ ਉਹਨਾਂ ਤੱਕ ਇਹ ਰਾਸ਼ਨ ਹੁਣ ਪਹੁੰਚੇਗਾ। ਰਾਸ਼ਨ ਦਿੱਤਾ ਜਾਵੇਗਾ ਇਹਦੀ ਵੀ ਜਿਹੜੀ ਲੋਕ ਜ਼ਿਆਦਾ ਆਪਾਂ ਗੱਲ ਕਰੀਏ ਜਿਹੜੇ ਪਹਿਲਾਂ ਵੀ ਆਪ ਗੱਲ ਆਉਂਦੀ ਸੀਗੀ ਜਿਹੜੀ ਅੱਛੇ ਘਰਾਣੇ ਦੇ ਲੋਕ ਨੇ ਜਿਹਨਾਂ ਕੋਲ ਸੰਪੰਨ ਲੋਕ ਨੇ ਉਹ ਵੀ ਨਾਮ ਵਿੱਚ ਸ਼ਾਮਿਲ ਸੀਗੇ, ਉਹਨਾਂ ਨੂੰ ਲੈ ਕੇ ਸਰਕਾਰ ਨੇ ਕੀ ਫੈਸਲਾ ਕੀਤਾ ਇਹ ਆਉਣ ਵਾਲਾ ਟਾਈਮ ਸੀਗਾ, ਪਰ ਇਹ ਗੱਲ ਸਾਫ਼ ਹੈ ਕਿ ਜਾਂ ਜਿਸ ਦੇ ਘਰ ਜਾਏਗਾ ਉੱਥੇ ਜਾ ਕੇ ਜਿਹੜਾ ਅਫਸਰ ਜਾਣਗੇ ਜਾਂ ਕਰਮਚਾਰੀ ਉਹਨੂੰ ਪਤਾ ਲੱਗੇਗਾ ਕਿ ਮਕਾਨ ਕਿੱਦਾਂ ਦਾ ਹੈਗਾ, ਇਹ ਵਿਅਕਤੀ ਰਾਸ਼ਨ ਵਾਲਾ ਲੈਣ ਵਾਲਾ ਹੈ ਜਾਂ ਨਹੀਂ ਹੈਗਾ। ਪਰ ਇਹਦੇ ਵਿੱਚ ਇੱਕ ਦੂਜੀ ਗੱਲ ਹੋਰ ਆਈ ਹੈ ਕਿ ਇਹ ਵੀ ਸਰਕਾਰ ਨੇ ਕਿਹਾ ਕਿ ਤੁਸੀਂ ਆਟਾ ਲਓ ਚਾਹੇ ਕਣਕ ਲਓ, 5 ਕਿਲੋ ਤੋਂ 10 ਕਿਲੋ ਦੇ ਪੈਕ ਹੋਣਗੇ। ਅਗਰ ਕੋਈ ਆਟਾ ਲੈਂਦਾ ਹੈਗਾ ਵਿਅਕਤੀ ਕਹਿੰਦਾ ਮੈਂ ਕਣਕ ਨਹੀਂ ਆਟਾ ਲੈਣਾ ਤਾਂ ਉਦੋਂ ਪਸਾਈ ਦਾ ਕੋਈ ਪੈਸਾ ਨਹੀਂ ਦਿੱਤਾ ਜਾਵੇਗਾ, ਉਹਨੂੰ ਜਿਹੜਾ ਹੈਗਾ ਸਾਰਾ ਕੁਛ ਜਿਹੜਾ ਮੁਫਤ ਜਿਹੜਾ ਹੈਗਾ ਉਹ ਦਿੱਤਾ ਜਾਣਾ ਹੈਗਾ ਆ। ਇਹਦੇ ਵਾਸਤੇ ਟੀਮਾਂ ਤਿਆਰ ਹੋ ਗਈਆਂ ਨੇ ਕਿਉਂਕਿ ਪਹਿਲੇ ਗੇੜ ਦੇ ਵਿੱਚ 6,36,000 ਰਾਸ਼ਨ ਕਾਰਡ ਨੇ ਔਰ ਤਕਰੀਬਨ 25 ਲੱਖ ਲੋਕ ਨੇ ਜਿਹੜੇ ਲਾਭਪਾਤਰੀ ਜਿਹਨਾਂ ਨੂੰ ਫਾਇਦਾ ਮਿਲਣ ਵਾਲਾ ਹੈਗਾ। ਬਹੁਤ ਵਧੀਆ ਗੱਲ ਹੈ, ਲੋਕਾਂ ਨੂੰ ਫਾਇਦਾ ਮਿਲੇ, ਲੋਕਾਂ ਦੇ ਘਰ ਤੱਕ ਰਾਸ਼ਨ ਪਹੁੰਚੇ, ਇਸ ਤੋਂ ਬੜੀ ਕੋਈ ਗੱਲ ਨਹੀਂ ਹੋ ਸਕਦੀ। ਅਗਰ ਗਰੀਬ ਨੂੰ 2 ਟਾਈਮ ਦੀ ਰੋਟੀ ਮਿਲ ਜਾਵੇ ਘਰ ਬੈਠੇ ਨੂੰ ਤਾਂ ਇਹ ਬਹੁਤ ਹੀ ਅੱਛੀ ਗੱਲ ਹੈਗੀ ਹੈ, ਸਰਕਾਰ ਉਸ ਪ੍ਰਯਾਸ ਲੱਗੀ ਹੋਈ ਹੈ। ਤਾਂ ਹੀ ਜਿਹੜਾ ਨਾਰਾ ਇਸ ਵਾਰ ਨਵਾਂ ਨਾਰਾ ਕਰਕੇ ਆਏ ਹਾਂ, ਸੁਚੱਜਾ ਸਾਜਨ ਸੁਚੱਜਾ ਸ਼ਾਸਨ ਘਰ ਘਰ ਰਾਸ਼ਨ ਜਿਹੜਾ ਜਾਂ ਮੁਫਤ ਰਾਸ਼ਨ ਇਹ ਜਿਹੜਾ ਨਾਰਾ ਹੈਗਾ ਹੁਣ ਦਿੱਤਾ ਗਿਆ ਜੀ। ਮਨੋਜ, ਜਿਹੜੇ ਲਾਭਪਾਤਰੀ ਸਕੀਮ ਤੋਂ ਵਾਂਝੇ ਰਹਿ ਜਾਣਗੇ ਜਾਂ ਨਹੀਂ ਪਤਾ ਕਿ ਅਸੀਂ ਇਸ ਸਕੀਮ ਦਾ ਲਾਹਾ ਕਿਵੇਂ ਲੈ ਸਕਦੇ ਹਾਂ, ਕਿ ਉਹਨਾਂ ਦੇ ਲਈ ਕੁਛ ਅਜਿਹਾ ਪ੍ਰਬੰਧ ਸਰਕਾਰ ਦੇ ਵੱਲੋਂ ਕੀਤਾ ਗਿਆ ਕਿ ਉਹ ਵੀ ਇਸ ਸਕੀਮ ਦਾ ਲਾਹਾ ਲੈ ਸਕਣ? ਦੇਖੋ ਪੜਾਅ ਅੱਜ ਇਹ ਸਕੀਮ ਚੱਲਣੀ ਹੈ, ਪਹਿਲੇ ਪੜਾਅ ਦੇ ਵਿੱਚ ਤੁਹਾਨੂੰ ਦੱਸਿਆ ਕਿ ਪੂਰੇ ਪੰਜਾਬ ਦੇ 6,36,000 ਰਾਸ਼ਨ ਕਾਰਡ ਦਿੱਤੇ ਗਏ। ਇਹ ਉਹ ਰਾਸ਼ਨ ਕਾਰਡ ਨੇ ਜਿਹੜੇ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਨੇ ਜਿਨ੍ਹਾਂ ਨੂੰ ਆਖਿਰਕਾਰ ਜਿਹੜੇ ਰਾਸ਼ਨ ਦੀ ਜ਼ਰੂਰਤ ਹੈਗੀ ਹੈ, ਅਤੇ ਉਸ ਨੂੰ ਦਿੱਤਾ ਗਿਆ। ਇਹ ਸਕੀਮ ਦੇ ਤਹਿਤ 25 ਲੱਖ ਲੋਕ ਨੇ ਜਿਹੜੇ ਨੇ ਤਕਰੀਬਨ ਉਹ ਕਵਰ ਕੀਤੇ ਗਏ ਨੇ, ਅਤੇ ਪਹਿਲੇ ਚਰਨ ਦੇ ਵਿੱਚ ਉਹਨਾਂ ਗਰੀਬ ਲੋਕਾਂ ਨੂੰ ਜਿਹੜੇ ਨੇ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਪੜਾਅ ਦਰ ਪੜਾਅ ਇਹ ਜਿਹੜੀਆਂ ਸਕੀਮਾਂ ਲਾਗੂ ਕੀਤੀ ਜਾਊਗੀ, ਹੋਰ ਜਿਹੜੇ ਲਾਭਪਾਤਰੀ ਵੱਧਦੇ ਜਾਣਗੇ। ਕਿਉਂਕਿ ਦੇਖੋ ਕਿਤੇ ਕਣਕ ਦੇਣੀ ਹੈ, ਕਿਤੇ ਆਟਾ ਦੇਣਾ ਹੈਗਾ, ਅਗਰ ਆਟਾ ਵੀ ਦੇਣਾ ਤਾਂ ਪਸਾ ਕੇ ਦੇਣਾ। ਇਹਦੇ ਵਾਸਤੇ ਸਪੈਸ਼ਲ ਇੱਕ ਥੈਲਾ ਤਿਆਰ ਕੀਤਾ ਗਿਆ, ਉਹਦੇ ਵਿੱਚ ਕਣਕ ਦੀਆਂ ਬੱਲੀਆਂ ਵੀ ਲਗਾਈਆਂ ਗਈਆਂ ਨੇ, ਅਤੇ ਕੇਂਦਰ ਸਰਕਾਰ ਦੀ ਜਿਹੜੀ ਫੂਡ ਸਕੀਮ ਹੈਗਾ ਉਹਦਾ ਨਾਮ ਵੀ ਲਿਖਿਆ ਗਿਆ ਹੈਗਾ, ਪੰਜਾਬ ਸਰਕਾਰ ਦਾ ਨਾਮ ਵੀ ਲਿਖਿਆ ਗਿਆ ਹੈਗਾ। ਅਤੇ ਮਤਲਬ ਕਿ ਇਹ ਗੱਲ ਹੈ ਕਿ ਸਕੀਮ ਕੇਂਦਰ ਅਤੇ ਪੰਜਾਬ ਦੀ ਸਾਂਝੀ ਸਕੀਮ ਹੈਗੀ ਹੈ, ਅਤੇ ਪਰ ਲੋਕਾਂ ਦੇ ਘਰ ਜਿਹੜਾ ਰਾਸ਼ਨ ਜਾਵੇਗਾ ਉਹਨੂੰ ਇਸ ਤੋਂ ਕੋਈ ਮਤਲਬ ਨਹੀਂ ਕਿ ਉਹਨੂੰ ਰਾਸ਼ਨ ਕੌਣ ਦੇਵੇਗਾ, ਪਰ ਉਹਨਾਂ ਦੇ ਘਰ ਤਾਂ 2 ਟਾਈਮ ਦੀ ਰੋਟੀ ਜਿਹੜੀ ਹੈਗੀ ਉਹ ਬਣਨੀ ਚਾਹੀਦੀ ਹੈ, ਇਹ ਉਹ ਗਰੀਬ ਦੇ ਗਰੀਬ ਲੋਕ ਨੇ ਜਾਂ ਉਹ ਜਿਹੜੇ ਨੇ। ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਸਾਂਝੀ ਕਰਨ ਦੇ ਲਈ। ਤਾਂ ਖੰਨਾ ਤੋਂ ਮੇਰੇ ਸਹਿਯੋਗੀ ਮਨੋਜ ਜੋਸ਼ੀ ਜਿਹੜੇ ਆ ਸਾਡੇ ਨਾਲ ਜ਼ਿਆਦਾ ਜਾਣਕਾਰੀ ਸਾਂਝੀ ਕਰ ਰਹੇ ਸੀ। ਤਾਂ 2 ਵਜੇ ਦੇ ਆਸ ਪਾਸ ਜਿਹੜਾ ਹੈ ਜਨ ਸਭਾ ਨੂੰ ਸੰਬੋਧਨ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੇ ਵੱਲੋਂ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਣੀ ਹੈ। ਘਰ ਘਰ ਸਕੀਮ ਰਾਸ਼ਨ ਵੰਡਣ ਦੀ ਜਿਹੜੀ ਸਕੀਮ ਹੈ ਉਸਦੀ ਵੀ ਸ਼ੁਰੂਆਤ ਹੋਣੀ ਹੈ। ਦੱਸ ਦਈਏ ਕਿ ਲਗਭਗ 24 ਲੱਖ ਦੇ ਆਸ ਪਾਸ ਜਿਹੜੇ ਲਾਭਪਾਤਰੀ ਨੇ ਉਹ ਇਸ ਸਕੀਮ ਦਾ ਲਾਹਾ ਲੈਣਗੇ।